ਹੈਲੋ एवरीवन वेलकम ਬੈਕ ਅਗੇਨ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹੋਣ ਜਾ ਰਹੀ ਹੈ ਬਿਕਾਉਜ਼ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਵਾਲੇ ਆਂ ਪੰਜਾਬ ਨੈਸ਼ਨਲ ਬੈਂਕ ਦੀ ਆਈ ਹੋਈ ਸਿੱਧੀ ਭਰਤੀ ਦੇ ਬਾਰੇ ਵਿੱਚ ਜਿੱਥੇ ਤੁਹਾਡੀ ਕੋਈ ਫੀਸ ਨਹੀਂ ਤੁਹਾਨੂੰ ਪੇ ਕਰਨੀ ਪੈਣੀ ਇਹਦੇ ਵਿੱਚ ਤੁਹਾਡਾ ਕੋਈ ਪੇਪਰ ਵੀ ਨਹੀਂ ਹੋਣਾ ਲਿਆ ਕਿਦਾਂ ਤੁਸੀਂ ਅਪਲਾਈ ਕਰਨਾ ਹੈ ਕੀ ਕੀ ਐਲੀਜੀਬਿਲਟੀ ਮੰਗੀ ਗਈ ਹੈ ਸਾਰੀ ਚੀਜ਼ਾਂ ਨੂੰ ਡਿਟੇਲ ਦੇ ਵਿੱਚ ਕਵਰ ਕਰਾਂਗੇ ਵੀਡੀਓ ਨੂੰ ਤੁਸੀਂ ਐਂਡ ਤੱਕ ਜ਼ਰੂਰ ਦੇਖਿਓ ਬਿਕਾਉਜ਼ ਵੀਡੀਓ ਦਾ ਹਰ ਇੱਕ ਪਾਰਟ ਤੁਹਾਡੇ ਲਈ ਇੰਪੋਰਟੈਂਟ ਹੋਣ ਜਾ ਰਿਹਾ ਹੈ ਤਾਂ ਵੀਡੀਓ ਦੇ ਵਿੱਚ ਅਗੇ ਵਧਣ ਤੋਂ ਪਹਿਲਾਂ ਤੁਹਾਨੂੰ ਜੇ ਅਗਰ ਦੱਸਣਾ ਚਾਹਾਂਗੇ ਆ ਵੀ ਲੇਟਸ ਵੇਕੈਂਸੀਸ ਆਉਂਦੀਆਂ ਆ ਉਹਦੀ ਇਨਫੋਰਮੇਸ਼ਨ ਮੈਂ ਤੁਹਾਨੂੰ ਹਮੇਸ਼ਾ ਸਭ ਤੋਂ ਪਹਿਲਾਂ ਪ੍ਰੋਵਾਈਡ ਕਰਦੀ ਆ ਡੇਲੀ ਤੁਹਾਨੂੰ ਇੱਕ ਜਾਂ ਦੋ ਵੀਡੀਓ ਸਾਡੇ ਚੈਨਲ ਤੇ ਦੇਖਣ ਨੂੰ ਮਿਲਦੀਆਂ ਆ ਚੈਨਲ ਤੇ ਪਹਿਲੀ ਵਾਰ ਆਏ ਹੋ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰੋ ਤਾਂ ਕਿ ਇਸ ਤੋਂ ਬਾਅਦ ਜਿਹੜਾ ਨੋਟੀਫਿਕੇਸ਼ਨ ਆ ਰਿਹਾ ਹੈ ਉਹਦੀ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚਵੇ ਤਾਂ ਸਬਸਕ੍ਰਾਈਬ ਜਰੂਰ ਕਰਿਓ ਜਿਆਦਾ ਟਾਈਮ ਨਹੀਂ ਲੈਂਦੇ ਸਿੱਧਾ ਗੱਲ ਕਰਾਂਗੇ ਪੰਜਾਬ ਨਿਸ਼ੇ ਬੈਂਕ ਦੀ ਆਈ ਹੋਈ ਸਿੱਧੀ ਭਰਤੀ ਦੇ ਬਾਰੇ ਵਿੱਚ ਕਿਦਾਂ ਅਪਲਾਈ ਕਰਨਾ ਹੈ ਕੀ ਕੀ ਅਰਿਜਿਬਿਲਿਟੀ ਚ ਮੰਗੀ ਗਈ ਹੈ 10ਵੀਂ 12ਵੀਂ ਗ ਦੀ ਬਲੇ ਅਪਲਾਈ ਕਰ ਸਕਦੇ ਆ ਤਾਂ ਪੰਜਾਬ ਦੇ ਲਈ ਬੈਸ ਓਪਰਚ्युनिटी ਹੈ ਜਿਹੜੀ ਆਊਟ ਹੋ ਚੁੱਕੀ ਹੈ ਤੁਸੀਂ ਇਹਦੇ ਲਈ ਅਪਲਾਈ ਕਿਦਾਂ ਕਰਨਾ ਹੈ ਕੀ ਕੁਆਲਿਫਿਕੇਸ਼ਨ ਹੈ ਕੀ ਕਿੱਦਾਂ ਤੁਹਾਡੀ ਇਹਦੇ ਵਿੱਚ ਸਿਲੈਕਸ਼ਨ ਹੋਣ ਵਾਲੀ ਹੈ ਠੀਕ ਹੈ ਆਪਾਂ ਸਾਰੀ ਚੀਜ਼ਾਂ ਨੂੰ ਡਿਟੇਲ ਚ ਕਵਰ ਕਰਾਂਗੇ ਵੀਡੀਓ ਨੂੰ ਐਂਡ ਤੱਕ ਦੇਖਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਕੰਪਲੀਟ ਜਾਣਕਾਰੀ ਵਾਸਤੇ ਚੱਲਦੇ ਹਾਂ ਸਿੱਧਾ ਆਫੀਸ਼ੀਅਲ ਸਾਈਟ ਦੇ ਉੱਤੇ ਉੱਥੇ ਜਾ ਕੇ ਡਿਸਕਸ ਕਰਦੇ ਹਾਂ ਕਿਹੜੀਆਂ ਵੈਕੈਂਸੀਆਂ ਕਿੱਦਾਂ ਅਪਲਾਈ ਕਰਨਾ ਹੈ ਕੀ ਕੀ ਐਲੀਜੀਬਿਲਟੀ ਇਹਦੇ ਚ ਮੰਗੀ ਗਈ ਹੈ ਸਭ ਤੋਂ ਪਹਿਲਾਂ ਅਸੀਂ ਆ ਚੁੱਕੇ ਹਾਂ ਆਪਣੀ ਅਫੀਸ਼ੀਅਲਸ ਵੈਬਸਾਈਟ ਦੇ ਉੱਤੇ ਮੈਂ ਤੁਹਾਨੂੰ ਇੱਕ ਚੀਜ਼ ਹੋਰ ਕਲੀਅਰ ਕਰਨਾ ਚਾਹੁੰਦੀ ਹਾਂ ਜਿਹੜੀ ਵੀ ਵੈਕੈਂਸੀਜ਼ ਇਨਫੋਰਮੇਸ਼ਨ ਮੈਂ ਤੁਹਾਨੂੰ ਹਮੇਸ਼ਾ ਪ੍ਰੋਵਾਈਡ ਕਰਦੀ ਆ ਉਹਦਾ ਅਫੀਸ਼ੀਅਲ ਨੋਟੀਫਿਕੇਸ਼ਨ ਦਾ ਲਿੰਕ ਮੈਂ ਤੁਹਾਨੂੰ ਆਪਣੀ ਅਫੀਸ਼ੀਅਲ ਸਾਈਟ ਦਾ ਲਿੰਕ ਡਿਸਕ੍ਰਿਪਸ਼ਨ ਦੇ ਦਾਂਗੀ ਉੱਥੇ ਜਾ ਕੇ ਤੁਸੀਂ ਰੀਡ ਕਰਕੇ ਅਪਲਾਈ ਕਰ ਲੈਣਾ Lekin apply ਪਹਿਲਾਂ ਸਮਝ ਲਿਓ ਕਿ ਕਿੱਦਾਂ ਕਰਨਾ ਹੈ ਤਾਂ ਤੁਸੀਂ ਵੀਡੀਓ ਦੇ ਅੰਤ ਤੱਕ ਜ਼ਰੂਰ ਦੇਖਿਓ ਠੀਕ ਹੈ ਜਿਹੜਾ ਨੋਟੀਫਿਕੇਸ਼ਨ ਹੈ ਪੀਐਨਬੀ ਵੱਲੋਂ ਆਇਆ ਹੈ ਠੀਕ ਹੈ ਜਿੱਦਿ ਜੀ ਅਪਲਾਈ ਸ਼ੁਰੂ ਹੋ ਚੁੱਕਿਆ ਵੱਤੋਂ ਵੱਤ 40 ਸਾਲ ਤੱਕ ਤੁਸੀਂ ਇਹਦੇ ਲਈ ਅਪਲਾਈ ਕਰ ਸਕਦੇ ਆ ਪਲੱਸ ਅਗਰ ਤੁਹਾਡੀ 40 ਤੋਂ ਅਬੋਵ ਵੀ ਏਜ ਆ ਗਈ ਆ ਤਾਂ ਵੀ ਤੁਸੀਂ ਇਹਨਾਂ ਵੈਕੈਂਸੀਜ਼ ਲਈ ਐਲੀਜੀਬਲ ਅਤੇ ਅਪਲਾਈ ਇਹਦੇ ਲਈ ਕਰ ਸਕਦੇ ਆ ਉਸ ਤੋਂ ਬਾਅਦ ਸਕਰੋਲ ਡਾਊਨ ਇੱਥੇ ਕਰੋਗੇ ਨੈਕਸਟ ਉਸੇ ਦੀ ਜੀ ਗੱਲ ਕਰ ਸਕਦੇ ਆ ਸਿਲੈਕਸ਼ਨ ਪ੍ਰੋਸੀਜਰ ਦੀ ਇਹਦੇ ਵਿੱਚ ਦੇਖੋ ਤੁਹਾਡਾ ਕੋਈ ਇਗਜ਼ਾਮ ਨਹੀਂ ਮੈਂ ਤੁਹਾਨੂੰ ਪਹਿਲਾਂ ਵੀ ਕਲੀਅਰ ਕੀਤਾ ਨਾ ਹੀ ਕੋਈ ਫੀਸ ਤੁਹਾਨੂੰ ਇਹਦੇ ਵਿੱਚ ਪੇ ਕਰਨ ਦੀ ਲੋੜ ਹੈ ਮਤਲਬ ਇਹਦੇ ਵਿੱਚ ਤੁਸੀਂ ਫ੍ਰੀ ਆਫ ਕੋਸਟ ਅਪਲਾਈ ਕਰ ਸਕਦੇ ਆ ਚਾਹੇ ਤੁਸੀਂ ਰਿਜ਼ਰਵਡ ਕੈਂਡੀਡੇਟ ਹੈ ਚਾਹੇ ਅਨਡਿਜ਼ਰਵਡ ਕੈਂਡੀਡੇਟ ਹੈ ਫ੍ਰੀ ਦੇ ਵਿੱਚ ਤੁਸੀਂ ਇਹਨਾਂ ਵੈਕੈਂਸੀਜ਼ ਦੇ ਵਾਸਤੇ ਅਪ ਪੋਸਿ ਜੇ ਜੇ ਗੱਲ ਕਰੀਏ ਇਹਦੇ ਚ ਤੁਹਾਡਾ ਕੋਈ ਐਗਜ਼ਾਮ ਨਹੀਂ ਹੈ ਸਿੱਧਾ ਇੰਟਰਵਿਊ ਹੋ ਸਕਦੀ ਹੈ ਉਹਦੇ ਬੇਸਿਸ ਤੇ ਤੁਹਾਡੀ ਜੀ ਸਿਲੈਕਸ਼ਨ ਐਂਡ ਜੁਆਇਨਿੰਗ ਹੈ ਤਾਂ ਤੁਸੀਂ ਇਧਰੇ ਅਪਲਾਈ ਕਰ ਸਕਦੇ ਆ ਚਾਹੇ ਮੇਲ ਹੋਣ ਚਾਹੇ ਫੀਮੇਲ ਹੋਣ ਦੋਨੋਂ ਇਧਰੇ ਹੀ ਅਪਲਾਈ ਜਿਹੜਾ ਉਹ ਕਰ ਸਕਦੇ ਆ ਸਭ ਤੋਂ ਪਹਿਲੇ ਇਹਦੇ ਵਿੱਚ ਕੰਮ ਕੀ ਹੋਣਾ ਹੈ ਉਹ ਵੀ ਤੁਹਾਨੂੰ ਸਮਝਣਾ ਜ਼ਰੂਰੀ ਹੈ ਉਹ ਵੀ ਮੈਂ ਤੁਹਾਨੂੰ ਅੱਗੇ ਦੱਸ ਦਿੰਦੀ ਆ ਲੇਕਿਨ ਇਸ ਤੋਂ ਬਾਅਦ ਤੁਸੀਂ ਲਾਸਟ ਦੇ ਵਿੱਚ ਪਹਿਲਾਂ ਚਲੇ ਜਾਣਾ ਹੈ ਰਿਕੁਆਇਰ ਲਿੰਕ ਦੇ ਵਿੱਚ ਠੀਕ ਹੈ ਇੱਥੇ ਤੁਹਾਨੂੰ ਅਪਲਾਈ ਕਰਨ ਦੀ ਵੀਡੀਓ ਨਜ਼ਰ ਆ ਜਾਏਗੀ ਅਪਲਾਈ ਤੁਸੀਂ ਦੇਖ ਲਿਓ ਉਸ ਵੀਡੀਓ ਦੇ ਵਿੱਚ ਮੈਂ ਸਟੈਪ ਬਾਈ ਸ ਕੋਈ ਨਹੀਂ ਆਗੇਨ ਰਿਪੀਟ ਕਰਾਂਗੀ ਇਹ ਲਿੰਕ ਹੈ ਅਪਲਾਈ ਦਾ ਇਹ ਨੋਟੀਫਿਕੇਸ਼ਨ ਦਾ ਠੀਕ ਹੈ ਤਾਂ ਇਹਦੇ ਵਿੱਚ ਤੁਸੀਂ ਜਿਹੜਾ ਅਪਲਾਈ ਕਰ ਸਕਦੇ ਆ ਤਾਂ ਤੁਹਾਡੇ ਲਈ ਬਹੁਤ ਹੀ ਵਧੀਆ ਓਪਰਚ्युनिटी ਹੈ ਇਹਦੇ ਵਾਸਤੇ ਤੇ ਇਹਦੇ ਵਿੱਚ ਅਗਰ ਅਸੀਂ ਵਰਕ ਦੀ ਗੱਲ ਕਰੀਏ ਜਿਸ ਮੋਬਾਈਲ ਤੋਂ ਤੁਸੀਂ ਇਸ ਵੀਡੀਓ ਨੂੰ ਦੇਖ ਰਹੇ ਆ ਉਸੇ ਮੋਬਾਈਲ ਦਾ ਯੂਜ਼ ਕਰਕੇ ਤੁਸੀਂ ਇਹਦੇ ਵਿੱਚ ਕੰਮ ਕਰਨਾ ਹੋਵੇਗਾ ਠੀਕ ਹੈ ਇੱਥੇ ਤੁਹਾਨੂੰ ਲਿੰਕ ਮਿਲ ਜਾਂਦਾ ਹੈ ਅਪਲਾਈ ਦਾ ਉੱਥੇ ਤੁਸੀਂ ਸਿੰਪਲ ਜਿਹਾ ਫਾਰਮ ਹੈ ਉਹ ਭਰ ਕੇ ਇਹਨਾਂ ਵੈਕੈਂਸੀਸ ਦੇ ਵਾਸਤੇ ਜਿਹੜਾ ਉਹ ਤੁਸੀਂ ਅਪਲਾਈ ਕਰ ਸਕਦੇ ਆ ਲਿੰਕ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਿੱਤਾ ਹੈ ਜਾ ਕੇ ਇਨਫੋਰਮੇਸ਼ਨ ਲੈ ਕੇ ਜਲਦੀ ਤੁਸੀਂ ਅਪਲਾਈ ਕਰ ਸਕਦੇ ਆ ਹੁਣ ਆਪਾਂ ਅਗਲੀ ਵੀਡੀਓ ਦੇ ਵਿੱਚ ਮਿਲਾਂਗੇ ਨਵੀਂ ਇਨਫੋਰਮੇਸ਼ਨ ਨਾਲ ਧੰਨਵਾਦ